ਪਹਿਲਾਂ ਸਰ ਇਹ ਆ ਮੇਰਾ ਬ੍ਰਦਰ ਸੀਗਾ ਕਿਸੇ ਕੁੜੀ ਨਾਲ ਹੋਟਲ 'ਚ ਸੀਗਾ ਉਹ ਕੁੜੀ ਖੁਦ ਤਾਂ ਨਸ਼ੇ ਕਰਦੀ ਕੁਰਦੀ ਸੀਗੀ ਮੈਨੂੰ ਨਹੀਂ ਪਤਾ ਕੀ ਕਰਦੀ ਸੀ ਕੀ ਨਹੀਂ ਕਰਦੀ ਕੱਲ੍ਹ ਐਟ ਦੀ ਸਪੋਟ ਮੇਰਾ ਭਰਾ ਡਿੱਗਿਆ ਹੋਇਆ ਸੀ ਉੱਥੇ ਡੈਥ ਹੋ ਚੁੱਕੀ ਸੀ ਉਹਦੀ ਉਹ ਕੁੜੀ ਨੇ ਮੇਰੇ ਭਰਾ ਦੇ ਓਨਰ ਨੂੰ ਫੋਨ ਕੀਤਾ ਜਿਨ੍ਹਾਂ ਕੋਲ ਮੇਰਾ ਭਰਾ ਕੰਮ ਕਰਦਾ ਸੀ ਕਹਿੰਦੇ ਕਿ ਤੁਹਾਡਾ ਬ੍ਰਦਰ ਬੇਹੋਸ਼ ਹੋ ਚੁੱਕਿਆ ਵਾ ਅਤੇ ਉਹਨੂੰ ਚੁੱਕ ਲਓ ਆ ਕੇ ਅਤੇ ਉਹਨਾਂ ਨੇ ਬੇਹੋਸ਼ੀ ਦੀ ਹਾਲਤ 'ਚ ਬੁਲਾਇਆ ਜਿਹੜਾ ਹੋਟਲ ਦਾ ਮੈਨੇਜਰ ਸੀ ਜਾਂ ਮਾਲਕ ਸੀ ਉਹਨਾਂ ਨੇ ਕੁੜੀ ਨੂੰ ਫਰਾਰ ਕਰ ਦਿੱਤਾ ਉੱਥੋਂ ਭਜਾ ਦਿੱਤਾ ਕੁੜੀ ਨੂੰ ਉੱਥੋਂ ਅਤੇ ਮੇਰਾ ਜਿਹੜਾ ਬ੍ਰਦਰ ਸੀਗਾ ਉੱਥੇ ਬਾਥਰੂਮ ਦੇ ਵਿੱਚ ਡਿੱਗਾ ਹੋਇਆ ਸੀ ਅਤੇ ਉਹ ਕਹਿ ਰਹੇ ਸੀਗੇ ਕਿ ਅਸੀਂ ਕੱਪੜੇ ਇਹ ਕੱਪੜਿਆਂ ਤੋਂ ਬਿਨਾਂ ਸੀਗਾ ਅਸੀਂ ਕੱਪੜੇ ਇਹਦੇ ਪਾ ਕੇ ਇਹਨੂੰ ਬੈੱਡ 'ਤੇ ਪਾਇਆ ਵਾ ਅਤੇ ਜਦੋਂ ਬੈੱਡ 'ਤੇ ਪਾਇਆ ਵਾ ਤਾਂ ਤੁਸੀਂ ਉਹਨੂੰ ਹੋਸਪਿਟਲ ਵੀ ਲੈ ਕੇ ਆ ਸਕਦੇ ਹੋ ਕਿਉਂ ਨਹੀਂ ਮੇਰਾ ਨਾਮ ਸਰ ਕਿਰਨਜੋਤ ਕੌਰ ਮੈਂ ਸਰ ਅੰਮ੍ਰਿਤਸਰ ਦੀ ਰਹਿਣ ਵਾਲੀ ਮਾਮਲਾ ਸਰ ਇਹ ਆ ਮੇਰਾ ਬ੍ਰਦਰ ਸੀਗਾ ਕਿਸੇ ਕੁੜੀ ਨਾਲ ਹੋਟਲ 'ਚ ਸੀਗਾ ਉਹ ਕੁੜੀ ਖੁਦ ਤਾਂ ਨਸ਼ੇ ਕਰਦੀ ਕੁਰਦੀ ਸੀਗੀ ਮੈਨੂੰ ਨਹੀਂ ਪਤਾ ਕੀ ਕਰਦੀ ਸੀ ਕੀ ਨਹੀਂ ਕਰਦੀ ਕੱਲ੍ਹ ਐਟ ਦੀ ਸਪੋਟ ਮੇਰਾ ਭਰਾ ਡਿੱਗਿਆ ਹੋਇਆ ਸੀ ਉੱਥੇ ਡੈਥ ਹੋ ਚੁੱਕੀ ਸੀ ਉਹਦੀ ਉਹ ਕੁੜੀ ਨੇ ਮੇਰੇ ਭਰਾ ਦੇ ਓਨਰ ਨੂੰ ਫੋਨ ਕੀਤਾ ਜਿਨ੍ਹਾਂ ਕੋਲ ਮੇਰਾ ਭਰਾ ਕੰਮ ਕਰਦਾ ਸੀ ਕਹਿੰਦੇ ਕਿ ਤੁਹਾਡਾ ਬ੍ਰਦਰ ਬੇਹੋਸ਼ ਹੋ ਚੁੱਕਿਆ ਵਾ ਅਤੇ ਉਹਨੂੰ ਚੁੱਕ ਲਓ ਆ ਕੇ ਅਤੇ ਉਹਨਾਂ ਨੇ ਬੇਹੋਸ਼ੀ ਦੀ ਹਾਲਤ 'ਚ ਬੁਲਾਇਆ ਜਿਹੜਾ ਹੋਟਲ ਦਾ ਮੈਨੇਜਰ ਸੀ ਜਾਂ ਮਾਲਕ ਸੀ ਉਹਨਾਂ ਨੇ ਕੁੜੀ ਨੂੰ ਫਰਾਰ ਕਰ ਦਿੱਤਾ ਉੱਥੋਂ ਭਜਾ ਦਿੱਤਾ ਕੁੜੀ ਨੂੰ ਉੱਥੋਂ ਅਤੇ ਮੇਰਾ ਜਿਹੜਾ ਬ੍ਰਦਰ ਸੀਗਾ ਉੱਥੇ ਬਾਥਰੂਮ ਦੇ ਵਿੱਚ ਡਿੱਗਾ ਹੋਇਆ ਸੀ ਅਤੇ ਉਹ ਕਹਿ ਰਹੇ ਸੀਗੇ ਕਿ ਅਸੀਂ ਕੱਪੜੇ ਇਹ ਕੱਪੜਿਆਂ ਤੋਂ ਬਿਨਾਂ ਸੀਗਾ ਅਸੀਂ ਕੱਪੜੇ ਇਹਦੇ ਪਾ ਕੇ ਇਹਨੂੰ ਬੈੱਡ 'ਤੇ ਪਾਇਆ ਵਾ ਅਤੇ ਜਦੋਂ ਬੈੱਡ 'ਤੇ ਪਾਇਆ ਵਾ ਤਾਂ ਤੁਸੀਂ ਉਹਨੂੰ ਹੋਸਪਿਟਲ ਵੀ ਲੈ ਕੇ ਆ ਸਕਦੇ ਹੋ ਕਿਉਂ ਨਹੀਂ ਪਾਇਆ ਫਿਰ ਮੇਰੀ ਤਾਈ ਉਹਨਾਂ ਨੇ ਜਾ ਕੇ ਰਿਪੋਰਟ ਕਰਵਾਈ ਆ ਉੱਥੇ ਜਾ ਕੇ ਕਿ ਦੁਰਗਿਆਨਾ ਚੌਂਕੀ ਦੇ ਵਿੱਚ ਜਾ ਕੇ ਅੰਮ੍ਰਿਤਸਰ ਲੇਕਿਨ ਫਿਰ ਉਸ ਤੋਂ ਬਾਅਦ ਉਹ ਚੈਕਿੰਗ ਕਰਨ ਆਏ ਆ ਅਤੇ ਮੈਂ ਉਹਨਾਂ ਨੂੰ ਕਿਹਾ ਵਾ ਮੈਂ ਇੱਕ ਮੰਗ ਕੀਤੀ ਮੈਂ ਕਿਹਾ ਮੈਨੂੰ ਵੀਡੀਓ 'ਤੇ ਦਿਖਾ ਦਿਓ ਹੋਟਲ 'ਚ ਕਦੋਂ ਐਂਟਰੀ ਹੋਈ ਕਦੋਂ ਜਾਣ ਕਦੋਂ ਆਉਣਾ ਹੋਇਆ ਕਦੋਂ ਗਏ ਆ ਕਿਹੜੇ ਟਾਈਮ 'ਤੇ ਡੈਥ ਹੋਈ ਆ ਲੇਕਿਨ ਜਿਹੜੇ ਮੁੰਡੇ ਨੂੰ ਮੈਸੇਜ ਗਿਆ ਜਿਹੜੇ ਮੁੰਡੇ ਨੇ ਮੈਨੂੰ ਆਣ ਕੇ ਮੈਸੇਜ ਲਾਇਆ ਵਾ ਕਿ ਹਾਂ ਤੁਹਾਡੇ ਬ੍ਰਦਰ ਨੂੰ ਬੇਹੋਸ਼ ਹੋ ਗਿਆ ਉਹ ਚੁੱਕਣ ਚੱਲੀਏ ਫਿਰ ਮੈਂ ਆਪਣੇ ਬ੍ਰਦਰ ਨੂੰ ਭੇਜਿਆ ਆਪਣੇ ਬ੍ਰਦਰ ਦੇ ਦੋਸਤ ਨੂੰ ਭੇਜਿਆ ਨਾਲ ਉਹਨਾਂ ਨਾਲ ਉਹ ਓਨਰ ਗਿਆ ਮੁੰਡਾ ਜਿਨ੍ਹਾਂ ਕੋਲ ਮੇਰਾ ਭਰਾ ਕੰਮ ਕਰਦਾ ਵਾ ਲੇਕਿਨ ਜਾਂਦਿਆਂ ਨੂੰ ਬੋਡੀ ਡੈੱਡ ਸੀਗੀ ਉਹ ਇੱਥੇ ਜਦੋਂ ਸਿਵਲ ਹਸਪੀਟਲ 'ਚ ਲਿਆਉਂਦਾ ਕਿਉਂਕਿ ਘਰ ਦੇ ਤਾਂ ਚੁੱਕਣ ਜਾਣਗੇ ਅਸੀਂ ਤਾਂ ਚੁੱਕਣ ਜਾਵਾਂਗੇ ਸਾਨੂੰ ਪਤਾ ਲੱਗੇਗਾ ਸਾਡਾ ਬ੍ਰਦਰ ਡਿੱਗਾ ਜਦੋਂ ਇੱਥੇ ਲਿਆਏ ਤਾਂ ਡਾਕਟਰ ਕਹਿੰਦੇ ਕਿ ਇਹਦੀ ਇੱਕ ਘੰਟਾ ਪੌਣਾ ਘੰਟਾ ਪਹਿਲਾਂ ਮੌਤ ਹੋ ਚੁੱਕੀ ਹੋਈ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਮੇਰੀ ਸਰ FIR ਦਰਜ ਕਰ ਲਈ ਗਈ ਆ ਕੁੜੀ ਚੁੱਕ ਲਈ ਸੀ ਇਹਨਾਂ ਨੇ ਰਾਤ ਨੂੰ ਲੇਕਿਨ ਇਹਨਾਂ ਨੇ ਆਰ ਕੌਂਟੀਨੈਂਟਲ ਨਾਮ ਪਾਇਆ ਹੋਇਆ ਵਾ ਲੇਕਿਨ ਇਹਨਾਂ ਨੇ ਆਰ ਕੌਂਟੀਨੈਂਟਲ ਦੇ ਵਿੱਚ ਕੋਈ ਵੀ ਸਰ ਕਿਸੇ ਦਾ ਵੀ ਮੈਨੇਜਰ ਦਾ ਓਨਰ ਦਾ ਨਾਮ ਨਹੀਂ ਲਿਖਿਆ ਮੈਨੂੰ ਝਾਸਾ ਦੇ ਨਾ ਕੋਈ ਰੈਸਟ ਪਾਈ ਆ ਕੁੜੀ ਸਿਰਫ ਚੁੱਕੀ ਆ ਜਦਕਿ ਇੱਥੇ ਉਹ ਪਹੁੰਚੇ ਆ ਪੋਸਟਮਾਰਟਮ ਦੇ ਲਾਗੇ ਪਹੁੰਚੇ ਆ ਮੈਨੂੰ ਕਹਿ ਰਿਹਾ ਕਿ ਸਾਈਨ ਕਰ ਹੁਣ ਮੈਂ ਕਿਸ ਕਿਸ ਵਜ੍ਹਾ ਤੋਂ ਸਾਈਨ ਕਰਾਂ ਸਰ ਅੰਦਰ ਇਹਨਾਂ ਦਾ ਬੰਦਾ ਮੈਨੂੰ ਕਹਿ ਰਿਹਾ ਕਿ ਇੱਕੋ ਬੰਦੇ 'ਤੇ ਪਰਚਾ ਵਾ ਹੁਣ ਮੈਂ ਜਦੋਂ ਮੈਂ ਦੋ ਬੰਦਿਆਂ 'ਤੇ ਕਰਵਾਇਆ ਇੱਕੋ ਬੰਦੇ 'ਤੇ ਕਿੱਦਾਂ ਇਹਨਾਂ ਨੇ ਕੀਤਾ ਆਪਣੀ ਮਰਜ਼ੀ ਕਿਉਂ ਕਰ ਰਹੇ ਆ ਮੈਮ ਹੋਟਲ ਵੱਲੋਂ ਜਿਹੜੀ ਕੋਈ ਸੀਸੀਟੀਵੀ ਵਗੈਰਾ ਤੁਹਾਨੂੰ ਮਿਲੀ ਹੈ ਨਹੀਂ ਸਰ ਮੈਨੂੰ ਨਹੀਂ ਮਿਲੀ ਇਹਨਾਂ ਦੇ ਵੱਲੋਂ ਕਿਹਾ ਗਿਆ ਵਾ ਕਿ ਸਰਕਾਰੀ ਬੰਦੇ ਦੇਖ ਸਕਦੇ ਤੁਸੀਂ ਨਹੀਂ ਦੇਖ ਸਕਦੇ ਮੈਂ ਤਾਂ ਕਿਹਾ ਮੈਂ ਕਿਹਾ ਮੇਰਾ ਬ੍ਰਦਰ ਮਰਿਆ ਕਿਹੜੇ ਐਡੀ ਲੋਅ ਵਿੱਚ ਲਿਖਿਆ ਕਿਹੜੀ ਕਿਤਾਬ 'ਚ ਲਿਖਿਆ ਕਿ ਜਿਨ੍ਹਾਂ ਦਾ ਬੰਦਾ ਮਰਿਆ ਉਹ ਵੀਡੀਓ ਨਹੀਂ ਦੇਖ ਸਕਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਸਰ ਇਹ ਮੰਗ ਕਰਦੀ ਇਨਸਾਫ ਕੀਤਾ ਜਾਵੇ ਇਹਨੂੰ ਮੈਨੇਜਰ ਨੂੰ ਜਾਂ ਓਨਰ ਨੂੰ ਅਰੈਸਟ ਕੀਤਾ ਜਾਵੇ ਕੁੜੀ ਅਰੈਸਟ ਹੋ ਚੁੱਕੀ ਹੋਈ ਆ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਵੇਗਾ ਮੇਰਾ ਅਗਲਾ ਸਟੈਪ ਸਰ ਧਰਨਾ ਹੋਏਗਾ ਮੈਂ ਲਾਸ਼ ਨਹੀਂ ਚੁੱਕਣੀ ਹੈਗੀ ਇੱਥੇ ਹੀ ਰਹੂਗੀ ਲਾਸ਼ ਧੰਨਵਾਦ ਹਾਂਜੀ ਸਰ ਕੀ ਨਾਮ ਜੀ ਬੰਟੀ ਭਾਈ ਕਿੱਥੋਂ ਦੇ ਰਹਿਣ ਵਾਲੇ ਮੈਂ ਮਾਨਸੂ ਨੇੜ ਦਾ ਜੀ ਸਰ ਕੀ ਗੱਲ ਹੋਈ
ਭਾਅ ਜੀ ਇਹ ਮੇਰੇ ਚਾਚੇ ਦਾ ਲੜਕਾ ਵਾ ਜਿਹਦੀ ਡੈਥ ਹੋਈ ਆ ਅਤੇ ਇਹਨੂੰ ਪਹਿਲੇ ਕਿ ਹੋਟਲ ਦੇ ਵਿੱਚ ਸੀ ਮੈਂ ਤਾਂ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਹੈ ਕਿ ਕਿੰਨੇ ਵਜੇ ਦਾ ਇਹ ਕਿੰਨੇ ਵਜੇ ਨਹੀਂ ਤਾਂ ਮੈਂ ਅਚਾਨਕ ਹੀ ਨਾ ਆਪਣੀ ਸਵਾਰੀ ਛੱਡ ਕੇ ਸਟੇਸ਼ਨ ਤੋਂ ਅਤੇ ਵਾਪਸ ਆ ਰਿਹਾ ਮੇਰੇ ਘਰ ਦੇ ਮਿਲੇ ਆ ਉਹਨਾਂ ਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਡੈਥ ਹੋ ਚੁੱਕੀ ਆ ਅਤੇ ਮੇਰੇ ਚਲੋ ਮੰਮੀ ਡੈਡੀ ਆ ਕੋਈ ਉਹਨਾਂ ਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਕਿਉਂਕਿ ਉਹ ਇਹਨਾਂ ਕੰਮਾਂ ਦੇ ਵਿੱਚ ਕਦੀ ਤੁਰੇ ਨਹੀਂ ਆ ਇਹ ਹੋਟਲ ਦੇ ਵਿੱਚ 2 ਘੰਟੇ 3 ਘੰਟੇ ਤੋਂ ਜਦੋਂ ਮੰਨ ਲਓ ਉਹਦੀ ਡੈਥ ਹੋਈ 2-3 ਘੰਟੇ ਬਾਅਦ ਘਰ ਦੇ ਵਿੱਚ ਆ ਗਏ ਕਿਸੇ ਨੂੰ ਨਹੀਂ ਦੱਸਿਆ ਇਹਨਾਂ ਨੇ ਕਿਤੇ ਆਟੋ ਵਾਲੇ ਮੁੰਡੇ ਨੂੰ ਫੋਨ ਕੀਤਾ ਕਿ ਉਹਦੀ ਡੈਥ ਹੋ ਚੁੱਕੀ ਹੈ ਅਤੇ ਨਾਲ ਉਹਦੀ ਕੁੜੀ ਪਾਈ ਗਈ ਉੱਥੋਂ ਹੋਟਲ 'ਚੋਂ ਇਹਨਾਂ ਨੇ ਹੋਟਲ ਵਾਲਿਆਂ ਨੇ ਕੁੜੀ ਨੂੰ ਦਿੱਤਾ ਭਜਾ ਕੁੜੀ ਭੱਜ ਚੁੱਕੀ ਸੀ ਅਤੇ ਬਾਅਦ 'ਚੋਂ ਇਹਨਾਂ ਨੇ ਕਿਹਾ ਕਿ ਤੁਹਾਡਾ ਮੁੰਡਾ ਇਸ ਤਰ੍ਹਾਂ ਹੋਟਲ ਦੇ ਵਿੱਚ ਜੇ 2-3 ਘੰਟੇ ਦੇ ਵਿੱਚ ਉਹ ਮੁੰਡਾ ਅੰਦਰ ਡੈਡ ਪਿਆ ਵਾ ਕੀ ਗੱਲ ਉਹਨੂੰ ਹੋਸਪਿਟਲ ਦੇ ਵਿੱਚ ਨਹੀਂ ਲਿਆ ਸਕਦੇ ਪਹਿਲੀ ਗੱਲ ਤਾਂ ਇਹਨਾਂ ਨੇ ਨਾ ਕੋਈ ਆਈਡੀ ਪਰੂਫ ਮੁੰਡੇ ਦਾ ਲਿੱਤਾ ਨਾ ਕੁੜੀ ਦਾ ਲਿੱਤਾ ਇਹਨਾਂ ਨੇ ਰੂਮ ਦਿੱਤਾ ਆ ਇਹ ਵੀ ਇੱਕ ਤੌਰ 'ਤੇ ਕਾਨੂੰਨੀ ਤੌਰ 'ਤੇ ਆਰ ਕੰਟੀਨੈਂਟਲ ਸਰ ਸਰ ਹੁਣ ਇਹ ਵਾ ਕਿ ਹੋਟਲ ਵਾਲਿਆਂ ਨੂੰ ਵੀ ਅਰੈਸਟ ਕੀਤਾ ਜਾਵੇ ਕੁੜੀ ਨੂੰ ਵੀ ਕੀਤਾ ਜਾਵੇ ਇਹ ਕਹਿ ਰਹੇ ਕਿ ਕੁੜੀ ਅਰੈਸਟ ਹੋ ਚੁੱਕੀ ਹੈ 10 ਕਿਲੋਮੀਟਰ ਦੂਰ ਤੋਂ ਕੁੜੀ ਨੂੰ ਚੁੱਕ ਕੇ ਅਰੈਸਟ ਕੀਤਾ ਜਾ ਸਕਦਾ ਲਿਆ ਕੇ ਅਤੇ ਕੀ ਗੱਲ ਹੋਟਲ ਤੋਂ ਸਿਰਫ 5 ਮਿੰਟ ਦਾ ਰਸਤਾ ਵਾ ਚੌਂਕੀ ਤੋਂ ਹੋਟਲ ਵਾਲਿਆਂ ਨੂੰ ਕਿਉਂ ਨਹੀਂ ਅਰੈਸਟ ਕੀਤਾ ਜਾ ਰਿਹਾ ਮੰਗ ਇਹੀ ਹੈ ਕਿ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਹੋਟਲ ਦਾ ਮੈਨੇਜਰ ਜਾਂ ਕੋਈ ਅਰੈਸਟ ਕੀਤਾ ਜਾਵੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਜੋ ਵੀ ਇਹਨਾਂ ਨੇ ਭੈਣ ਜੀ ਨੇ ਦੱਸਿਆ ਹੀ ਹੈ ਜੋ ਪ੍ਰੋਗਰਾਮ ਹੈ ਪ੍ਰੋਬਲਮ ਆਈ ਹੈ ਅਤੇ ਪ੍ਰੋਬਲਮ ਕਹਿ ਰਿਹਾ ਦੱਸ ਜੋ ਪ੍ਰੋਬਲਮ ਆਈ ਹੈ ਹੋਟਲ ਨੂੰ ਆ ਕੇ ਐਸ ਐਸ ਓ ਦੱਸ ਦੇ ਸੀਨੀਅਰ ਅਫਸਰ ਆ ਕੇ ਦੱਸ ਦੇ ਮਾਮਲਾ ਤੁਹਾਨੂੰ ਆ ਕੇ ਸੀਨੀਅਰ ਅਫਸਰ ਦੱਸ ਦਿੰਦੇ ਸੀਨੀਅਰ ਅਫਸਰ ਆ ਕੇ ਭਾਈ ਸਾਹਿਬ ਦੱਸ ਦਿੰਦੇ ਨੇ ਹਾਂਜੀ ਹੋਟਲ 'ਚੋਂ ਡੈਡ ਬੋਡੀ ਮਿਲੀ ਹੈ ਜੀ ਇਹਨਾਂ ਡੈਡ ਬੋਡੀ ਹੋਟਲ 'ਚ ਚੁੱਕ ਕੇ ਲੈ ਕੇ ਆਏ ਸਿਵਲ ਹੋਸਪਿਟਲ ਜੀ ਹੋਟਲ ਦੇ ਵਿੱਚ ਮਿਲੀ ਸੀ ਚੈਕਿੰਗ ਕੌਣ ਕਰਨ ਗਿਆ ਵੀਡੀਓ ਕਿੰਨੀ ਦੇਖੀ ਤੁਸੀਂ ਦੇਖੀ ਸੀਗੀ ਇਹ ਵੀ ਦੱਸੋ ਨਾ ਆਂਦੇ ਅਫਸਰ ਦੱਸ ਦਿਓ ਤੁਸੀਂ ਹੋਟਲ ਦਾ ਕੀ ਨਾਮ ਸੀ ਆਰ ਕੰਟੀਨੈਂਟਲ ਸਰ ਕੋਈ ਮਾਮਲਾ ਤੁਹਾਨੂੰ ਪਤਾ ਲੱਗਾ ਹੋਏਗਾ ਕਿ ਸਿਰਫ ਡੈਡ ਬੋਡੀ ਮਿਲੀ ਇਹਦੇ ਦੱਸੇ ਜਾਂ ਤੁਹਾਨੂੰ ਸੀਨੀਅਰ ਅਫਸਰ ਦੱਸ ਦੇ ਬਾਕੀ ਜਿਹਨਾਂ ਨੇ 400 ਨੇ ਪਰਚਾ ਦਰਜ ਕੀਤਾ ਮੌਕੇ ਜਾ ਕੇ ਦੱਸ ਦਿਓ ਕਿਹੜਾ ਦਰਜ ਕੀਤਾ ਗਿਆ ਜੀ ਆ ਕੇ ਦੱਸ ਦਿਓ ਤੁਹਾਨੂੰ 304 ਦਾ ਕਹਿ ਰਹੇ ਜੀ 302 ਦਾ ਸੁਣਿਆ ਹੋਣਾ ਇਹ ਕਹਿੰਦੇ 304 ਦਾ